ਰਿਆਸਤੀ ਸ਼ਹਿਰ ਨਾਭਾ ਦੇ ਵਿੱਚ ਅਗਰਵਾਲ ਸਭਾ ਵੱਲੋਂ ਮੇਲਾ ਕਰਵਾਇਆ ਗਿਆ। ਇਹ ਮੇਲਾ 3 ਦਿਨ ਲਗਾਤਾਰ ਚੱਲਿਆ ਅਤੇ ਮੇਲੇ ਦੇ ਅਖੀਰਲੇ ਦਿਨ ਪੰਜਾਬ ਦੇ ਲੋਕ ਗਾਇਕ ਗੁਰਮੀਤ ਬਾਵਾ ਵੱਲੋਂ ਵੀ ਮੇਲੇ ਦੇ ਵਿੱਚ ਰੰਗ ਬੰਨਿਆ ਗਿਆ। ਗੁਰਮੀਤ ਬਾਵਾ ਵੱਲੋਂ ਕਈ ਗੀਤ ਜੁਗਨੀ ਅਤੇ ਮਿਰਜ਼ਾ ਗਾ ਕੇ ਸਰੋਤਿਆਂ ਨੂੰ ਖੁਸ਼ ਕੀਤਾ ਗਿਆ। ਮੇਲੇ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਮਮਤਾ ਮਿੱਤਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਅਤੇ ਗੁਰਮੀਤ ਬਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਮਮਤਾ ਮਿੱਤਲ ਨੇ ਕਿਹਾ ਕਿ ਅਜਿਹੇ ਮੇਲੇ ਲੱਗਣੇ ਪੰਜਾਬ ਵਿੱਚ ਜ਼ਰੂਰੀ ਹਨ। ਉਹਨਾਂ ਕਿਹਾ ਕਿ ਇਹ ਮੇਲਾ ਹਰ ਸਾਲ ਅਗਰਵਾਲ ਸਭਾ ਵੱਲੋਂ ਕਰਵਾਇਆ ਜਾਂਦਾ ਹੈ। ਇਸ ਮੌਕੇ 'ਤੇ ਰਜਨੀਸ਼ ਕੁਮਾਰ ਸੈਂਟੀ ਅਤੇ ਜੀਵਨ ਬਾਂਸਲ ਨੇ ਕਿਹਾ ਕਿ ਇਹ ਮੇਲਾ ਅਸੀਂ ਹਰ ਸਾਲ ਕਈ ਸਾਲਾਂ ਤੋਂ ਲਗਾਤਾਰ ਕਰਵਾਉਂਦੇ ਆ ਰਹੇ ਹਾਂ, ਜਿਸ ਵਿੱਚ ਸ਼ਹਿਰ ਦੀਆਂ ਲੜਕੀਆਂ ਵਿਸ਼ੇਸ਼ ਤੌਰ 'ਤੇ ਭਾਗ ਲੈਂਦੀਆਂ ਹਨ ਅਤੇ ਬੱਚੇ ਵੀ ਕਾਫੀ ਆਨੰਦ ਮਾਣਦੇ ਹਨ। ਅੱਛਾ ਗਾਇਆ ਉਹਨਾਂ ਨੇ ਔਰ ਸਾਨੂੰ ਪੁਰਾਣੇ ਗੀਤ ਸਗੋਂ ਦੁਬਾਰਾ ਰਿਮੈਂਬਰ ਹੋਏ ਹੈ ਵੀ ਯਾਦ ਆਏ ਅਤੇ ਉਹਨਾਂ ਨੇ ਬਹੁਤ ਅੱਛਾ ਗੀਤ ਗਾਏ ਆ, ਜਿਵੇਂ ਉਹਨਾਂ ਦੀ ਏਜ਼ ਆ ਉਸਦੇ ਅਕੋਰਡਿੰਗ ਉਹਨਾਂ ਬਹੁਤ ਅੱਛਾ ਗਾਇਆ। ਨਹੀਂ ਲੱਗਣੇ ਚਾਹੀਦੇ ਆ, ਹਰ ਸਾਲ ਲੱਗਣੇ ਚਾਹੀਦੇ ਆ ਬੱਚਿਆਂ ਨੂੰ, ਆਪਣੇ ਤੀਆਂ ਦੇ ਤਿਉਹਾਰ ਬਾਰੇ ਪਤਾ ਚੱਲਦਾ ਹੈ ਵੀ ਪੰਜਾਬੀ ਵਿੱਚ ਪੰਜਾਬੀ ਕਲਚਰ ਕੀ ਚੀਜ਼ ਹੈ। ਨਹੀਂ ਤਾਂ ਅੱਜ ਕੱਲ੍ਹ ਪੰਜਾਬੀ ਬੱਚੇ ਪੰਜਾਬੀ ਕਲਚਰ ਸਾਰਾ ਭੁੱਲਦੇ ਜਾ ਰਹੇ ਨੇ। ਇਹ ਜੋ ਅਗਰਵਾਲ ਸਭਾ ਦੇ ਵਿੱਚ ਤੀਆਂ ਦਾ ਮੇਲਾ ਜੋ ਕਿ ਅੱਜ ਸੰਪੰਨ ਹੋਣ ਜਾ ਰਿਹਾ ਹੈ, ਉਹਦੇ ਵਿੱਚ ਮੈਂ ਸਾਰੀ ਮਹਿਲਾ ਵਿੰਗ ਦੀ ਟੀਮ ਹੈ ਅਤੇ ਨਾਲ ਹੀ ਸਾਡੇ ਪ੍ਰਧਾਨ ਜੀਵਨ ਬਾਂਸਲ ਜੀ ਅਤੇ ਨਾਲ ਹੀ ਇੱਥੇ ਸਾਰੇ ਹੀ ਮੈਂਬਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਰੇ ਹੀ ਲੋਕ ਆਏ ਹੋਏ ਨੇਗੇ, ਸਾਰਾ ਨਾਭਾ ਸ਼ਹਿਰ ਆਨੰਦ ਮਾਣ ਰਿਹਾ। ਲੇਡੀਜ਼ ਨੇ ਸਾਰੇ 3 ਦਿਨ ਹੋ ਗਏ, ਮੈਨੂੰ ਲੱਗਦਾ ਵੱਖ ਵੱਖ ਤਰ੍ਹਾਂ ਦੇ ਇੱਥੇ ਕੋਈ ਮਹਿੰਦੀ ਦਾ ਪ੍ਰੋਗਰਾਮ, ਕੋਈ ਰੰਗੋਲੀ ਦਾ ਪ੍ਰੋਗਰਾਮ, ਹਰ ਤਰੀਕੇ ਦੇ ਪ੍ਰੋਗਰਾਮ ਕਰਾ ਰਹੇ ਨੇ ਜੋ ਕਿ ਮੈਡਮ ਇੱਥੇ ਸਾਡੇ ਵੀਨਾ ਜੀ ਨੇ, ਡਾਕਟਰ ਸਾਹਿਬ ਦੇ ਵਾਈਫ ਨੇ ਅਤੇ ਨਾਲ ਸੈਕਟਰੀ ਸਾਹਿਬ ਦੇ ਸਾਰੇ ਲੇਡੀਜ਼ ਵਿੰਗ ਨੇ ਅਤੇ ਇੱਧਰੋਂ ਪ੍ਰਧਾਨ ਜੀਵਨ ਬਾਂਸਲ ਜੀ ਦੀ ਰਹਿਨੁਮਾਈ ਹੇਠ ਸਾਰੀ ਅਗਰਵਾਲ ਸਭਾ ਵੱਲੋਂ ਬਹੁਤ ਵਧੀਆ ਇੱਥੇ ਤੀਆਂ ਦਾ ਮੇਲਾ ਬਣਵਾਇਆ ਗਿਆ। ਸਾਡਾ ਜਿਹੜਾ ਮੇਲਾ ਸਾਰਾ 12 ਤਰੀਕ ਤੋਂ ਸ਼ੁਰੂ ਕੀਤਾ ਹੋਇਆ ਸੀ ਮੇਲਾ, ਅੱਜ ਇਹਦਾ ਆਖਰੀ ਦਿਨ ਹੈ। 12 ਤਰੀਕ ਨੂੰ ਸਾਡੇ ਇੱਥੇ ਗਿੱਧੇ ਦਾ ਪ੍ਰੋਗਰਾਮ ਕੀਤਾ ਗਿਆ, 13 ਨੂੰ ਰੰਗੋਲੀ ਦਾ ਪ੍ਰੋਗਰਾਮ ਕੀਤਾ, 14 ਨੂੰ ਮਹਿੰਦੀ ਦਾ ਪ੍ਰੋਗਰਾਮ ਰੱਖਿਆ ਗਿਆ, ਜਿਹੜਾ ਕਿ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਨਾਮ ਵੰਡੇ ਗਏ ਨੇ। ਅਤੇ ਅੱਜ ਜਿਹੜਾ ਆਖਰੀ ਦਿਨ, ਅੱਜ ਅਸੀਂ ਬਾਹਰੋਂ ਗਾਇਕਾਂ ਬੁਲਾਈ ਹੋਈ ਹੈ ਜਿਹੜੀ ਗੁਰਮੀਤ ਬਾਵਾ, ਵੀ ਲੋਕਾਂ ਦਾ ਮਨੋਰੰਜਨ ਹੋਵੇ ਇੱਥੇ। ਇਹ ਜਿਹੜਾ ਮੇਲਾ ਹੈ ਸਾਡੇ ਸਾਰੇ ਮੈਂਬਰਾਂ ਦੀ ਬਹੁਤ ਬਹੁਤ ਸਾਥ ਦਿੱਤਾ ਹੈ, ਬਹੁਤ ਵਧੀਆ ਮੇਲਾ ਚੱਲਿਆ ਹੈ, ਮੇਰਾ ਖਿਆਲ ਆਖਰੀ ਦਿਨ ਹੈ। ਆਵਾਜ਼ ਏ ਕੌਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।